ਇਸ ਨੂੰ ਬੀਜਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ। ਪਹਿਲਾਂ ਇਸ ਨੂੰ ਮਸ਼ੀਨ ਅਤੇ ਸਿੱਟੇ ਨਾਲ ਨਹੀਂ ਬੀਜਣਾ, ਇਸ ਨੂੰ ਵਾਹਣ ਵਾਹ ਕੇ ਸਹਾਕਾ ਲਾ ਕੇ ਹੱਥਾਂ ਵਾਲੀ ਡਰਿੱਲ ਨਾਲ ਬੀਜਣਾ ਹੈ। ਅਤੇ ਮੈਂ ਇਹ ਅੱਜ 45 ਦਿਨ ਦਾ ਲਗਭਗ ਹੋ ਗਿਆ ਹੈ ਅਤੇ ਇਸ ਨੂੰ ਦੀ ਮੈਂ ਕਟਾਈ ਕਰ ਰਿਹਾ ਹਾਂ। ਜੋ ਕਟਾਈ ਮੈਂ ਇਸਦੀ ਕੱਲ੍ਹ ਕੀਤੀ ਸੀ ਉਸਦੀ ਗਰੋਥ 2 ਇੰਚ ਦੇ ਕਰੀਬ ਹੋ ਗਈ ਹੈ। ਜੋ ਕਟਾਈ ਮੈਂ ਪਰਸੋਂ ਕੀਤੀ ਸੀ ਉਹ 3-3.5 ਇੰਚ ਦੇ ਕਰੀਬ ਇਸਦੀ ਗਰੋਥ ਹੋ ਗਈ ਹੈ। ਇਸ ਵਿੱਚ ਮੈਂ ਕੋਈ ਰੇਹ ਸਪਰੇ ਦੀ ਵਰਤੋਂ ਨਹੀਂ ਕੀਤੀ ਅਤੇ ਇਸ ਤੋਂ ਮੈਂ ਬਹੁਤ ਖੁਸ਼ ਹਾਂ ਅਤੇ ਇਸ ਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ ਅਤੇ ਇਹ ਵੱਢਣ ਵਿੱਚ ਕੋਈ ਔਖਾਈ ਨਹੀਂ ਆਉਂਦੀ ਕਿਉਂਕਿ ਇਹ ਬਹੁਤ ਮੁਲਾਇਮ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਰਕੇ ਇਸ ਵਿੱਚ ਮੇਰੇ ਪਸ਼ੂਆਂ ਦੇ ਦੁੱਧ ਵਿੱਚ ਵਾਧਾ ਹੋਇਆ ਹੈ। ਫੈਟ ਵੀ ਬਹੁਤ ਚੰਗੀ ਆਉਂਦੀ ਹੈ ਅਤੇ ਮੈਂ ਕਿਸਾਨ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਡਵਾਂਟਾ ਕੰਪਨੀ ਦਾ ਏਕਰੀ ਤੇਲ ਦਾ ਚਾਰਾ ਲਗਾਉਣ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ। ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅੱਜ ਅਸੀਂ ਤੁਹਾਡੇ ਨਾਲ ਫਿਰ ਇੱਕ ਵਾਰ ਰੂਬਰੂ ਹੋਏ ਹਾਂ ਆਪਣੇ ਸਰਦਾਰ ਕੁਲਦੀਪ ਸਿੰਘ ਸਨਾ ਭੋਲਾ ਸਿੰਘ ਪਿੰਡ ਖੇੜਾ ਡਿਸਟ੍ਰਿਕਟ ਮਾਨਸਾ। ਅਤੇ ਮੇਰਾ ਨਾਮ ਹੈਗਾ ਸੰਦੀਪ ਕੁਮਾਰ, ਸੇਲਸ ਆਫਿਸਰ ਮਾਨਸਾ। ਅਤੇ ਮੈਂ ਗੱਲ ਕਰਾਂਗਾ ਅੱਜ ਆਪਣਾ ਦੇਸ਼ ਜੋ ਕਰੋਨਾ ਨਾਮ ਦੀ ਮਹਾਂਮਾਰੀ ਤੋਂ ਜੂਝ ਰਿਹਾ ਹੈ, ਜਿਹਨੇ ਪੂਰੇ ਵਿਸ਼ਵ 'ਚ ਤਾਲਾਬੰਦੀ ਕਰਾਈ ਹੈ, ਜਿਸ ਦੌਰਾਨ ਮੈਂ ਸਾਰੇ ਕਿਸਾਨ ਵੀ ਇਹਨਾਂ ਨੂੰ ਉਮੀਦ ਕਰਦਾ ਕਿ ਆਪਣੇ ਘਰਾਂ 'ਚ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਔਰ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰ ਰਹੇ ਹੋਣਗੇ, ਜਿਵੇਂ ਕਿ ਹੱਥਾਂ ਨੂੰ ਸੈਨੀਟਾਈਜ਼ਰ, ਮੂੰਹ 'ਤੇ ਮਾਸਕ ਔਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹੋਣਗੇ। ਜਿਸ ਦੌਰਾਨ ਅੱਜ ਇਸ ਕੋਰੋਨਾ ਨਾਮ ਦੀ ਮਹਾਂਮਾਰੀ ਨੇ ਪੂਰੀ ਦਹਿਸ਼ਤ ਮਚਾਈ ਹੈ, ਉਸ ਦੌਰਾਨ ਕਿਸਾਨ ਵੀਰ, ਸਾਰੇ ਕਿਸਾਨ ਵੀਰ ਦਿਨ ਰਾਤ ਖੇਤੀ ਦੇ ਕੰਮਾਂ 'ਚ ਜੁੜੇ ਨੇ, ਕੰਮ ਕਰ ਰਹੇ ਨੇ। ਅਤੇ ਉਸ ਦੌਰਾਨ ਐਡਵਾਂਟਾ ਕੰਪਨੀ ਉਹਨਾਂ ਦੇ ਨਾਲ ਮੋਢੇ 'ਤੇ ਮੋਢਾ ਲਾ ਕੇ ਖੜ੍ਹੀ ਆ, ਜਿਸ ਕਰਕੇ ਉੱਚ ਕੁਆਲਿਟੀ ਦੇ ਬੀਜ ਮੁਹੱਈਆ ਕਰਵਾ ਰਹੀ ਹੈ। ਮੈਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਕੰਪਨੀ ਬਾਰੇ ਦੱਸਣਾ ਚਾਹੂੰਗਾ, ਅੱਜ ਆਪਾਂ ਰੂਬਰੂ ਹੋਏ ਹਾਂ। ਅਤੇ ਕੰਪਨੀ ਹੈਗੀ UPL ਐਡਵਾਂਟਾ ਇੰਡੀਆ ਲਿਮਿਟਿਡ, ਇੱਕ ਇਹ ਇੰਡੀਅਨ ਕੰਪਨੀ ਹੈ, ਭਾਰਤੀ ਕੰਪਨੀ ਹੈ ਜੋ ਤੁਹਾਡੇ ਵਿਚਕਾਰ UPL ਲਿਮਿਟਿਡ ਦਾ ਇੱਕ ਹਿੱਸਾ ਹੈ। UPL ਲਿਮਿਟਿਡ ਜੋ 160 ਦੇਸ਼ਾਂ 'ਚ ਕੰਮ ਕਰ ਰਹੀ ਹੈ, ਬਿਜ਼ਨਸ ਕਰ ਰਹੀ ਹੈ, ਐਡਵਾਂਟਾ ਉੱਤੇ 66 ਦੇਸ਼ਾਂ 'ਚ ਇਹਦਾ ਬਿਜ਼ਨਸ ਹੈ। ਅਤੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੀ ਬਿਜਾਈ ਬਾਰੇ, ਨਿਊਟਰੀਬੀਡ ਆਪਣੇ ਸਰਦਾਰ ਕੁਲਦੀਪ ਸਿੰਘ ਨੇ ਬੀਜਿਆ ਹੋਇਆ ਨਿਊਟਰੀਬੀਡ, ਔਰ ਇਹ 35-40 ਦਿਨ ਦਾ ਹੈ ਔਰ ਇਹਦੀ ਕਟਾਈ ਲੈ ਰਹੇ ਆ। ਇਹਦੀ ਮੈਂ ਸਭ ਤੋਂ ਪਹਿਲਾਂ ਥੋੜ੍ਹੀ ਬਿਜਾਈ ਬਾਰੇ ਤੁਹਾਨੂੰ ਡਿਟੇਲ 'ਤੇ ਦੱਸੂੰਗਾ ਔਰ ਇਹਦੀ ਕੀ ਵਿਸ਼ੇਸ਼ਤਾਵਾਂ ਉਹਦੇ ਬਾਰੇ ਦੱਸੂੰਗਾ। ਅਤੇ ਸਭ ਤੋਂ ਪਹਿਲਾਂ ਇਹਦਾ ਬਿਜਾਈ ਦਾ ਜੋ ਸਮਾਂ ਹੈਗਾ ਉਹ ਸਮਾਂ ਹੈਗਾ 15 ਫਰਵਰੀ ਤੋਂ ਲੈ ਕੇ 17 ਸਤੰਬਰ ਤੱਕ ਦਾ। ਅਤੇ ਹੁਣ ਵੀ ਆਪਾਂ ਇਹਦੀ ਬਿਜਾਈ ਕਰ ਸਕਦੇ ਹਾਂ। ਇਹਦੀ ਜੋ ਬਿਜਾਈ ਹੈ ਸਭ ਤੋਂ ਵਧੀਆ ਬੈਸਟ ਹੈ ਉਹ ਹਲੇਰੀ ਨਾਲ, ਤੁਸੀਂ 1/2 ਕਿਲੋ ਬੀਜ ਪਰ ਕਨਾਲ ਦਾ ਹਲੇਰੀ ਨਾਲ ਬਿਜਾਈ ਕਰਨੀ ਆ। ਜੋ ਪਾੜੇ ਤੋਂ ਪਾੜੇ ਦਾ ਫਾਸਲਾ ਹੈਗਾ ਉਹ 1 ਫੁੱਟ ਹੈ, ਔਰ ਜੋ ਬੂਟੇ ਤੋਂ ਬੂਟੀ ਦੀ ਦੂਰੀ ਹੈ ਉਹ ਹੈਗੀ ਆ 15 ਸੈਂਟੀਮੀਟਰ। ਸਾਰੇ ਕਿਸਾਨ ਵੀਰ ਇਹ ਬਿਜਾਈ ਕਰਨ ਵਿਸ਼ੇਸ਼ ਧਿਆਨ ਰੱਖਣ, ਇਹਦਾ ਬਿਜਾਈ ਦਾ ਵਧੀਆ ਤਰੀਕਾ ਹੈ। ਔਰ ਹੁਣ ਇੰਨਾ ਟੈਂਪਰੇਚਰ ਹੈ, ਗਰਮੀ ਹੈ, ਅਤੇ ਇਸ ਕਰਕੇ ਧਿਆਨ ਰੱਖਣ ਕਿ ਉਹ 2 ਘੰਟਾ ਸ਼ਾਮ ਨੂੰ ਭੇਲਣ, ਭੇਜ ਕੇ ਸ਼ਾਮ ਵੇਲੇ ਬਿਜਾਈ ਕਰਨੀ ਹੈ। ਅਤੇ ਇਹ ਬਿਜਾਈ ਦਾ ਬੈਸਟ ਤਰੀਕਾ ਹੈ। ਅਤੇ ਇਹਦੀ ਜੋ ਉਸ ਤੋਂ ਬਾਅਦ ਕਟਾਈ ਕਰਨੀ ਆ ਉਹ ਕਟਾਈ 45 ਦਿਨ ਤੱਕ ਇਹਨੂੰ ਵੱਢ ਲੈਣ ਕੇ ਬਾਅਦ 40-45 ਦਿਨ ਤੱਕ, ਅਤੇ ਪਹਿਲੇ ਉਹ ਜ਼ਮੀਨ ਤੋਂ 6 ਅੰਗਲ ਉੱਚਾ ਰੱਖ ਕੇ ਕਟਾਈ ਕਰਨੀ ਹੈ। ਕਟਾਈ ਕਰਨ ਤੋਂ ਬਾਅਦ ਦੂਜੀ ਕਟਾਈ ਇਹ 25-25 ਦਿਨਾਂ 'ਤੇ ਤਿਆਰ ਰਹੇਗਾ, ਔਰ ਤੁਹਾਡੇ ਆਪਾਂ 30-25 ਦਿਨ ਤੱਕ ਇਹਨੂੰ ਕਟਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹਦੀ ਤੁਸੀਂ ਚੌਥੀ ਕਟਾਈ, ਭਾਵੇਂ ਹੁਣ ਤੁਸੀਂ ਇਹਨੂੰ ਬੀਜ ਕੇ ਸਿੰਗਲ ਕਟਾਈ 15 ਫੁੱਟ ਵਧਾ ਲਓ, ਪਹਿਲੀ ਕਟਾਈ 15 ਫੁੱਟ ਔਰ ਤੀਜੀ ਕਟਾਈ ਚੌਥੀ ਕਟਾਈ 15 ਫੁੱਟ ਤੱਕ ਜਾਏਗਾ, ਡਿੱਗਦਾ ਨਹੀਂ ਆ ਔਰ ਥੱਲੇ ਤੋਂ ਲੈ ਕੇ ਉੱਪਰ ਤੱਕ ਖਾਣਾ ਰਹਿੰਦਾ, ਪੱਕਦਾ ਨਹੀਂ ਆ। ਔਰ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਨਿਊਟਰੀਫੀਡ ਦੀ ਜੋ ਖਾਸੀਅਤ ਹੈ, ਜਿੱਦਾਂ ਆਪਣੇ ਕਿਸਾਨ ਵੀਰ ਨੇ ਦੱਸਿਆ, ਇਹਦੇ ਵਿੱਚ ਕੋਈ ਕੰਡ ਨਹੀਂ ਹੈਗੀ ਹੈ, ਇਹਨਾਂ ਨੇ ਹੁਣ ਆਪ ਕਟਾਈ ਕੀਤੀ ਹੈ, ਕੋਈ ਕੰਡ ਨਹੀਂ ਹੈਗਾ। ਜਿਵੇਂ ਤੁਹਾਨੂੰ ਦੱਸਿਆ ਰੀਗਰੋਥ ਬਹੁਤ ਜ਼ਿਆਦਾ ਹੈ, ਕਟਾਈ ਇਹਦੇ ਕੋਈ ਕੰਡ ਨਹੀਂ ਹੈ।
ਬਹੁਤ ਵਧੀਆ ਚਾਰਾ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਨਿਊਟ੍ਰੀਵਿਟ ਪ੍ਰੋਟੀਨ ਬਾਰੇ ਦੱਸਣਾ ਚਾਹੁੰਦਾ। ਜੋ ਨਿਊਟ੍ਰੀਵਿਟ ਵਿੱਚ ਕਰੂਰ ਪ੍ਰੋਟੀਨ ਹੈ ਉਹ ਕਰੂਰ ਪ੍ਰੋਟੀਨ ਦੀ ਮਾਤਰਾ ਹੈਗੀ ਉਹ 12-14% ਹੈ ਔਰ ਜੋ ਇਹਦੇ ਵਿੱਚ ਡਰਾਈ ਮੈਟਰ ਹੈ ਸੁੱਕਾ ਮਾਦਾ ਹੈ ਉਹ 22-28% ਹੈ ਔਰ ਇਹਦੇ ਵਿੱਚ ਜੋ ਪਾਚਕ ਸ਼ਕਤੀ ਹੈ ਡਾਈਜੈਸਟਿਬਿਲਟੀ ਹੈ ਉਹ 61% ਹੈ। ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਵਧੀਆ ਚਾਰਾ ਹੈ ਇਹਦੀ ਬਜਾਈ ਤੁਸੀਂ ਹੁਣ ਕਰ ਸਕਦੇ ਹੋ। ਹੁਣ ਆਪਣਾ ਆਪਾਂ ਮਈ ਜੂਨ ਚ ਜੁਲਾਈ ਚ ਇਹਦੀ ਬੀਜ ਕੇ ਆਪਾਂ ਇੱਕ ਕਟਾਈ ਵਧਾ ਲਿਆਂਗੇ 15 ਕੁਇੰਟਲ ਜਾਏਗਾ ਔਰ ਕਿੱਲੇ ਦਾ ਵਜਨ 550 ਕੁਇੰਟਲ ਕਿੱਲੇ ਦਾ ਵਜਨ ਆ ਜਾਏਗਾ। ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਚਾਰਾ ਵਰਤੋ ਤੇ ਮੇਰਾ ਨੰਬਰ ਹੈਗਾ 88721-6740 ਇਹ ਮੇਰਾ ਨੰਬਰ ਹੈ। ਤੁਹਾਨੂੰ ਕਿਸੇ ਨੇ ਵੀਰ ਨੂੰ ਕੋਈ ਸਵਾਲ ਜਵਾਬ ਹੋਏ ਤਾਂ ਮੈਨੂੰ ਪੁੱਛ ਸਕਦੇ ਹੋ ਮੇਰਾ। ਮੈਂ ਦੁਬਾਰਾ ਫਿਰ ਦੱਸਣਾ ਚਾਹੂੰਗਾ 88721-6740। ਧੰਨਵਾਦ। ਬੀਜਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ। ਪਹਿਲਾਂ ਇਸ ਨੂੰ ਮਸ਼ੀਨ ਅਤੇ ਸਿੱਟੇ ਨਾਲ ਨਹੀਂ ਬੀਜਣਾ, ਇਸ ਨੂੰ ਵਾਹਣ ਵਾਹ ਕੇ ਸਹਾਕਾ ਲਾ ਕੇ ਹੱਥਾਂ ਵਾਲੀ ਡਰਿੱਲ ਨਾਲ ਬੀਜਣਾ ਹੈ। ਅਤੇ ਮੈਂ ਇਹ ਅੱਜ 39 ਦਿਨ ਦਾ ਲਗਭਗ ਹੋ ਗਿਆ ਹੈ ਅਤੇ ਇਸ ਨੂੰ ਦੀ ਮੈਂ ਕਟਾਈ ਕਰ ਰਿਹਾ ਹਾਂ। ਜੋ ਕਟਾਈ ਮੈਂ ਇਸਦੀ ਕੱਲ੍ਹ ਕੀਤੀ ਸੀ ਉਸਦੀ ਗਰੋਥ 2 ਇੰਚ ਦੇ ਕਰੀਬ ਹੋ ਗਈ ਹੈ। ਜੋ ਕਟਾਈ ਮੈਂ ਪਰਸੋਂ ਕੀਤੀ ਸੀ ਉਹ 3-3.5 ਇੰਚ ਦੇ ਕਰੀਬ ਇਸਦੀ ਗਰੋਥ ਹੋ ਗਈ ਹੈ। ਅਤੇ ਇਸ ਵਿੱਚ ਮੈਂ ਕੋਈ ਰੇਹ ਸਪਰੇ ਦੀ ਵਰਤੋਂ ਨਹੀਂ ਕੀਤੀ ਅਤੇ ਇਸ ਤੋਂ ਮੈਂ ਬਹੁਤ ਖੁਸ਼ ਹਾਂ। ਇਸ ਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ ਅਤੇ ਇਹ ਵੱਢਣ ਵਿੱਚ ਕੋਈ ਔਖਿਆਈ ਨਹੀਂ ਆਉਂਦੀ ਕਿਉਂਕਿ ਇਹ ਬਹੁਤ ਮੁਲਾਇਮ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਰਕੇ ਇਸ ਵਿੱਚ ਮੇਰੇ ਪਸ਼ੂਆਂ ਦੇ ਦੁੱਧ ਵਿੱਚ ਵਾਧਾ ਹੋਇਆ ਹੈ ਅਤੇ ਫੈਟ ਵੀ ਬਹੁਤ ਚੰਗੀ ਆਉਂਦੀ ਹੈ। ਅਤੇ ਮੈਂ ਕਿਸਾਨ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਟਵਾਂਟਾ ਕੰਪਨੀ ਦਾ ਨਿਊਟਰੀ ਫੀਡ ਦਾ ਚਾਰਾ ਲਗਾਉਣ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ। ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਅੱਜ ਅਸੀਂ ਤੁਹਾਡੇ ਨਾਲ ਫਿਰ ਇੱਕ ਵਾਰ ਰੂਬਰੂ ਹੋਏ ਹਾਂ ਆਪਣੇ ਸਰਦਾਰ ਕੁਲਦੀਪ ਸਿੰਘ ਸਨਾ ਭੋਲਾ ਸਿੰਘ ਪਿੰਡ ਖਿਆੜਾ ਡਿਸਟ੍ਰਿਕਟ ਮਾਨਸਾ। ਅਤੇ ਮੇਰਾ ਨਾਮ ਹੈਗਾ ਸੰਦੀਪ ਕੁਮਾਰ, ਸੇਲਸ ਆਫਿਸਰ ਮਾਨਸਾ। ਅਤੇ ਮੈਂ ਗੱਲ ਕਰਾਂਗਾ ਅੱਜ ਆਪਣਾ ਦੇਸ਼ ਜੋ ਕਰੋਨਾ ਨਾਮ ਦੀ ਮਹਾਂਮਾਰੀ ਤੋਂ ਜੂਝ ਰਿਹਾ ਹੈ, ਜਿਹਨੇ ਪੂਰੇ ਵਿਸ਼ਵ 'ਚ ਤਾਲਾਬੰਦੀ ਕਰਾਈ ਹੈ, ਜਿਸ ਦੌਰਾਨ ਮੈਂ ਸਾਰੇ ਕਿਸਾਨ ਵੀਰਾਂ ਨੂੰ ਉਮੀਦ ਕਰਦਾ ਕਿ ਆਪਣੇ ਘਰਾਂ 'ਚ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਔਰ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰ ਰਹੇ ਹੋਣਗੇ, ਜਿਵੇਂ ਕਿ ਹੱਥਾਂ ਨੂੰ ਸੈਨੀਟਾਈਜ਼ਰ, ਮੂੰਹ 'ਤੇ ਮਾਸਕ ਔਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹੋਣਗੇ। ਜਿਸ ਦੌਰਾਨ ਅੱਜ ਇਸ ਕਰੋਨਾ ਨਾਮ ਦੀ ਮਹਾਂਮਾਰੀ ਨੇ ਪੂਰੀ ਦਹਿਸ਼ਤ ਮਚਾਈ ਹੈ, ਉਸ ਦੌਰਾਨ ਕਿਸਾਨ ਵੀਰ, ਸਾਰੇ ਕਿਸਾਨ ਵੀਰ ਦਿਨ ਰਾਤ ਖੇਤੀ ਦੇ ਕੰਮਾਂ 'ਚ ਜੁੜੇ ਨੇ, ਕੰਮ ਕਰ ਰਹੇ ਨੇ। ਅਤੇ ਉਸ ਦੌਰਾਨ ਐਡਵਾਂਟਾ ਕੰਪਨੀ ਉਹਨਾਂ ਦੇ ਨਾਲ ਮੋਢੇ 'ਤੇ ਮੋਢਾ ਲਾ ਕੇ ਖੜ੍ਹੀ ਆ, ਜਿਸ ਕਰਕੇ ਉੱਚ ਕੁਆਲਿਟੀ ਦੇ ਬੀਜ ਮੁਹੱਈਆ ਕਰਵਾ ਰਹੀ ਹੈ। ਮੈਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਕੰਪਨੀ ਬਾਰੇ ਦੱਸਣਾ ਚਾਹੂੰਗਾ, ਅੱਜ ਆਪਾਂ ਰੂਬਰੂ ਹੋਏ ਹਾਂ। ਅਤੇ ਕੰਪਨੀ ਹੈਗੀ UPL ਐਡਵਾਂਟਾ ਇੰਡੀਆ ਲਿਮਿਟਿਡ, ਇੱਕ ਇਹ ਇੰਡੀਅਨ ਕੰਪਨੀ ਹੈ, ਭਾਰਤੀ ਕੰਪਨੀ ਹੈ ਜੋ ਤੁਹਾਡੇ ਵਿਚਕਾਰ UPL ਲਿਮਿਟਿਡ ਦਾ ਇੱਕ ਹਿੱਸਾ ਹੈ। UPL ਲਿਮਿਟਿਡ ਜੋ 160 ਦੇਸ਼ਾਂ 'ਚ ਕੰਮ ਕਰ ਰਹੀ ਹੈ, ਬਿਜ਼ਨਸ ਕਰ ਰਹੀ ਹੈ, ਐਡਵਾਂਟਾ ਉੱਤੇ 66 ਦੇਸ਼ਾਂ 'ਚ ਇਹਦਾ ਬਿਜ਼ਨਸ ਹੈ। ਅਤੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੀ ਬਿਜਾਈ ਬਾਰੇ, ਨਿਊਟ੍ਰੀਫੀਡ ਆਪਣੇ ਸਰਦਾਰ ਕੁਲਦੀਪ ਸਿੰਘ ਨੇ ਬੀਜਿਆ ਹੋਇਆ ਨਿਊਟ੍ਰੀਫੀਡ, ਔਰ ਇਹ 35-40 ਦਿਨ ਦਾ ਹੈ ਔਰ ਇਹਦੀ ਕਟਾਈ ਲੈ ਰਹੇ ਆ। ਇਹਦੀ ਮੈਂ ਸਭ ਤੋਂ ਪਹਿਲਾਂ ਥੋੜ੍ਹੀ ਬਿਜਾਈ ਬਾਰੇ ਤੁਹਾਨੂੰ ਡਿਟੇਲ 'ਤੇ ਦੱਸੂੰਗਾ ਔਰ ਇਹਦੀ ਕੀ ਵਿਸ਼ੇਸ਼ਤਾਵਾਂ ਉਹਦੇ ਬਾਰੇ ਦੱਸੂੰਗਾ। ਅਤੇ ਸਭ ਤੋਂ ਪਹਿਲਾਂ ਇਹਦਾ ਬਿਜਾਈ ਦਾ ਜੋ ਸਮਾਂ ਹੈਗਾ ਉਹ ਸਮਾਂ ਹੈਗਾ 15 ਫਰਵਰੀ ਤੋਂ ਲੈ ਕੇ ਸਤੰਬਰ ਤੱਕ ਦਾ।
ਤੇ ਹੁਣ ਵੀ ਆਪਾਂ ਇਹਦੀ ਬਿਜਾਈ ਕਰ ਸਕਦੇ ਹਾਂ। ਇਹਦੀ ਜੋ ਬਿਜਾਈ ਹੈ ਸਭ ਤੋਂ ਵਧੀਆ ਬੈਸਟ ਹੈ ਉਹ ਹਲੇਰੀ ਨਾਲ, ਤੁਸੀਂ ਅੱਧਾ ਕਿਲੋ ਬੀਜ ਪਰ ਕਨਾਲ ਦਾ ਹਲੇਰੀ ਨਾਲ ਬਿਜਾਈ ਕਰਨੀ ਆ। ਜੋ ਪਾੜੇ ਤੋਂ ਪਾੜੇ ਦਾ ਫਾਸਲਾ ਹੈਗਾ ਉਹ 1 ਫੁੱਟ ਹੈ, ਔਰ ਜੋ ਬੂਟੇ ਤੋਂ ਬੂਟੀ ਦੀ ਦੂਰੀ ਹੈ ਉਹ ਹੈਗੀ ਆ 15 ਸੈਂਟੀਮੀਟਰ। ਸਾਰੇ ਕਿਸਾਨ ਵੀਰ ਇਹ ਬਿਜਾਈ ਕਰਨ ਵਿਸ਼ੇਸ਼ ਧਿਆਨ ਰੱਖਣ, ਇਹਦਾ ਬਿਜਾਈ ਦਾ ਵਧੀਆ ਤਰੀਕਾ ਹੈ। ਔਰ ਹੁਣ ਇੰਨਾ ਟੈਂਪਰੇਚਰ ਹੈ, ਗਰਮੀ ਹੈ, ਤੇ ਇਸ ਕਰਕੇ ਧਿਆਨ ਰੱਖਣ ਕਿ ਉਹ 2 ਘੰਟਾ ਸ਼ਾਮ ਨੂੰ ਭੇਲਣ, ਭੇਜ ਕੇ ਸ਼ਾਮ ਵੇਲੇ ਬਿਜਾਈ ਕਰਨੀ ਹੈ। ਇਹ ਬਿਜਾਈ ਦਾ ਬੈਸਟ ਤਰੀਕਾ ਹੈ। ਤੇ ਇਹਦੀ ਜੋ ਉਸ ਤੋਂ ਬਾਅਦ ਕਟਾਈ ਕਰਨੀ ਆ, ਉਹ ਕਟਾਈ 45 ਦਿਨ ਤੱਕ ਇਹਨੂੰ ਵੱਢ ਲੈਣ, ਇੱਕ ਵਾਰ 40-45 ਦਿਨ ਤੱਕ। ਤੇ ਪਹਿਲੇ ਉਹ ਜ਼ਮੀਨ ਤੋਂ 6 ਅੰਗੁਲ ਉੱਚਾ ਰੱਖ ਕੇ ਕਟਾਈ ਕਰਨੀ ਹੈ। ਕਟਾਈ ਕਰਨ ਤੋਂ ਬਾਅਦ ਦੂਜੀ ਕਟਾਈ ਹੈ, 25-25 ਦਿਨਾਂ ਤੇ ਤਿਆਰ ਰਹੇਗਾ। ਔਰ ਤੁਹਾਡੇ ਆਪਾਂ 30-25 ਦਿਨ ਤੱਕ ਇਹਨੂੰ ਕਟਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹਦੀ ਤੁਸੀਂ ਚੌਥੀ ਕਟਾਈ, ਭਾਵੇਂ ਹੁਣ ਤੁਸੀਂ ਇਹਨੂੰ ਬੀਜ ਕੇ ਸਿੰਗਲ ਕਟਾਈ 15 ਫੁੱਟ ਵਧਾ ਲਓ, ਪਹਿਲੀ ਕਟਾਈ 15 ਫੁੱਟ ਔਰ ਤੀਜੀ ਕਟਾਈ ਚੌਥੀ ਕਟਾਈ 15 ਫੁੱਟ ਤੱਕ ਜਾਏਗਾ, ਡਿੱਗਦਾ ਨਹੀਂ ਆ, ਔਰ ਥੱਲੇ ਤੋਂ ਲੈ ਕੇ ਉੱਪਰ ਤੱਕ ਖਾਣਾ ਰਹਿੰਦਾ, ਪੱਕਦਾ ਨਹੀਂ ਆ। ਔਰ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਨਿਊਟਰੀਫੀਡ ਦੀ ਜੋ ਖਾਸੀਅਤ ਹੈ, ਜਿੱਦਾਂ ਆਪਣੇ ਕਿਸਾਨ ਵੀਰ ਨੇ ਦੱਸਿਆ, ਇਹਦੇ ਵਿੱਚ ਕੋਈ ਕੰਡ ਨਹੀਂ ਹੈਗੀ ਆ, ਇਹਨਾਂ ਨੇ ਹੁਣ ਆਪ ਕਟਾਈ ਕੀਤੀ ਹੈ, ਕੋਈ ਕੰਡ ਨਹੀਂ ਹੈਗਾ। ਜਿਵੇਂ ਤੁਹਾਨੂੰ ਦੱਸਿਆ ਜੀ ਗਰੋਥ ਬਹੁਤ ਜ਼ਿਆਦਾ ਹੈ, ਕਟਾਈ ਇਹਦੇ ਕੋਈ ਕੰਡ ਨਹੀਂ ਹੈ, ਬਹੁਤ ਵਧੀਆ ਚਾਰਾ ਹੈ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਨਿਊਟਰੀਫੀਡ ਪ੍ਰੋਟੀਨ ਬਾਰੇ ਦੱਸਣਾ ਚਾਹੁੰਦਾ। ਜੋ ਨਿਊਟਰੀਫੀਡ ਵਿੱਚ ਕਰੂਡ ਪ੍ਰੋਟੀਨ ਹੈ, ਉਹ ਕਰੂਡ ਪ੍ਰੋਟੀਨ ਦੀ ਮਾਤਰਾ ਹੈਗੀ ਉਹ 12-14% ਹੈ, ਔਰ ਜੋ ਇਹਦੇ ਵਿੱਚ ਡਰਾਈ ਮਟਰ ਹੈ ਸੁੱਕਾ ਮਾਦਾ ਹੈ ਉਹ 22-28% ਹੈ, ਔਰ ਇਹਦੇ ਵਿੱਚ ਜੋ ਪਾਚਕ ਸ਼ਕਤੀ ਹੈ, ਡਾਈਜੈਸਟਿਬਿਲਟੀ ਹੈ ਉਹ 61% ਹੈ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਵਧੀਆ ਚਾਰਾ ਹੈ, ਇਹਦੀ ਬਜਾਈ ਤੁਸੀਂ ਹੁਣ ਕਰ ਸਕਦੇ ਹੋ। ਹੁਣ ਆਪਣਾ ਆਪਾਂ ਮਈ ਜੂਨ 'ਚ ਜੁਲਾਈ 'ਚ ਇਹਦੀ ਬੀਜ ਕੇ ਆਪਾਂ 1 ਕਟਾਈ ਵਧਾ ਲਿਆਂਗੇ, 15 ਫੁੱਟ ਜਾਏਗਾ, ਔਰ ਕਿੱਲੇ ਦਾ ਵਜ਼ਨ 550 ਕੁਇੰਟਲ ਕਿੱਲੇ ਦਾ ਵਜ਼ਨ ਆ ਜਾਏਗਾ। ਤਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਚਾਰਾ ਵਰਤੋ। ਅਤੇ ਮੇਰਾ ਨੰਬਰ ਹੈਗਾ 88721-6740, ਇਹ ਮੇਰਾ ਨੰਬਰ ਹੈ। ਤੁਹਾਨੂੰ ਕਿਸੇ ਨੇ ਵੀਰ ਨੂੰ ਕੋਈ ਸਵਾਲ ਜਵਾਬ ਹੋਏ ਤਾਂ ਮੇਰੇ ਤੋਂ ਪੁੱਛ ਸਕਦੇ ਹੋ। ਮੇਰਾ ਮੈਂ ਦੁਬਾਰਾ ਫਿਰ ਦੱਸਣਾ ਚਾਹੂੰਗਾ, 88721-6740। ਧੰਨਵਾਦ ਜੀ।